ਉਹਨੂੰ ਅਸੀਂ ਅਰੈਸਟ ਕੀਤਾ ਸੀ। ਅਰੈਸਟ ਕਰਨ ਤੋਂ ਬਾਅਦ ਉਹ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਸੀ। ਡਿਊਰਿੰਗ ਰਿਮਾਂਡ ਉਹਦਾ ਅਸੀਂ ਜਿਹੜਾ ਕਰੋਨਾ ਟੈਸਟ ਕਰਵਾਇਆ ਸੀ ਔਰ ਅੱਜ ਜਿਹੜੀ ਉਹਦੀ ਆ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਆ। वाहेगुरु जी का खालसा वाहेगुरु जी की फतेह। गुरप्यारियो अजनाला दे विच कबूतरबाज़ नूं लैके दो धड़ियां दे विच आपसी झड़प हो गई सी ते गोलियां चलियां सी, जिस तों बाद पुलिस ने एक मुलजिम नूं हिरासत विच लै लिया सी। पर कुछ दिन पुलिस हिरासत दे विच इस मुलजिम नूं रखण तों बाद जदों इस दा करोना टैसट किया गया तां इह मुलजिम करोना पॉजिटिव पाया गया, जिस तों बाद अजनाला पुलिस स्टेशन विच हड़कंप मच गया। इस केस संबंधी जानकारी देंदिया होया डीएसपी अजनाला विपिन कुमार ने दस्या कि एक केस दे चलदिया एक नौजवान नूं गिरफ्तार किया गया सी, उसकी रिमांड लिती गई सी जिसका कोरोना टेस्ट पॉजिटिव आया है। बेशक इस कैदी नूं पहला ही अलग हवालात विच रखा गया सी, पर हालातां नूं वेखदिया होया थाने नूं सैनिटाइज किया गया है अते थाना अजनाला दे सारे ही पुलिस कर्मियां नूं क्वारंटाइन कर दिता गया है। FIR नंबर 153/20 अंडर सैक्शन 307 IPC थाना अजनाला च दर्ज रजिस्टर हुई सी, जिहदे विच इक बिकर मसीह मां दा जिहड़ा अक्यूज़ सी ਉਹਨੂੰ ਅਸੀਂ ਅਰੈਸਟ ਕੀਤਾ ਸੀ। ਅਰੈਸਟ ਕਰਨ ਤੋਂ ਬਾਅਦ ਉਹ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਸੀ। ਡਿਊਰਿੰਗ ਰਿਮਾਂਡ ਉਹਦਾ ਅਸੀਂ ਜਿਹੜਾ ਕਰੋਨਾ ਟੈਸਟ ਕਰਵਾਇਆ ਸੀ ਔਰ ਅੱਜ ਜਿਹੜੀ ਉਹਦੀ ਆ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਆ। ਉਹ ਜਿਹੜਾ ਅਲੱਗ ਹਵਾਲਾਤ ਦੇ ਵਿੱਚ ਜਿਹੜਾ ਜੁਡੀਸ਼ਲ ਪੁਲਿਸ ਰਿਮਾਂਡ 'ਤੇ ਪਹਿਲਾਂ ਹੀ ਬੰਦ ਸੀਗਾ, ਉਹਨੂੰ ਅਸੀਂ ਜਿਹੜਾ ਵਾ ਉਹ SMO ਸਾਹਿਬ ਨਾਲ ਗੱਲ ਕੀਤੀ ਹੈ, ਜਿਹੜਾ ਉਹਨੂੰ ਹੋਸਪਿਟਲਾਈਜ਼ ਕਰ ਰਹੇ ਹਾਂ ਔਰ ਥਾਣੇ ਨੂੰ ਜਿਹੜਾ ਸੈਨੇਟਾਈਜ਼ ਕਰ ਰਹੇ ਹਾਂ। ਨਹੀਂ ਇਹਨੂੰ ਅਲੱਗ 'ਚ ਹੀ ਰੱਖਿਆ ਹੋਇਆ ਸੀ ਪਹਿਲਾਂ, ਕਿਉਂਕਿ ਥੋੜ੍ਹੇ ਸਿਮਟਮ ਸੀਗਾ, ਇਹਨੂੰ ਅਸੀਂ ਅਲੱਗ ਹਵਾਲਾਤ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ ਅਤੇ ਬਾਕੀ ਅਸੀਂ ਸਾਰਾ ਜਿਹੜਾ ਥਾਣਾ ਹੈ ਉਹਨਾਂ ਦੁਬਾਰਾ ਅਸੀਂ ਟੈਸਟ ਵੀ ਕਰਵਾ ਰਹੇ ਹਾਂ। ਜਿਹੜੇ ਪੁਲਿਸ ਅਫੀਸ਼ੀਅਲ ਸਾਡੇ ਹੈਗੇ ਨੇ ਉੱਥੇ ਸਾਰੇ ਦੁਬਾਰਾ ਟੈਸਟ ਕਰਵਾ ਰਹੇ ਹਾਂ। ਗੁਰਪਿਆਰਾ ਕਰੋਨਾ ਵਾਇਰਸ ਇੱਕ ਅਜਿਹੀ ਘਾਤਕ ਬਿਮਾਰੀ ਹੈ ਜਿਸ ਨੂੰ ਅਜੇ ਵੀ ਅਸੀਂ ਬਹੁਤ ਹਲਕੇ ਵਿੱਚ ਲੈ ਰਹੇ ਹਾਂ। ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀਆਂ ਸਰੇਆਮ ਅਸੀਂ ਰੋਜ਼ਾਨਾ ਧੱਜੀਆਂ ਉੱਡਦਿਆਂ ਹੋਇਆਂ ਵੇਖਦੇ ਹਾਂ ਅਤੇ ਕਿਤੇ ਨਾ ਕਿਤੇ ਇਸ ਦੇ ਵਿੱਚ ਸਰਕਾਰ ਆਪ ਵੀ ਜ਼ਿੰਮੇਵਾਰ ਹੈ, ਕਿਉਂਕਿ ਇੱਕ ਪਾਸੇ ਤਾਂ ਸਰਕਾਰ ਵਿਆਹਾਂ ਉੱਤੇ ਸਿਰਫ 30 ਬੰਦੇ ਅਲਾਊਡ ਕਰਦੀ ਹੈ ਅਤੇ ਦੂਸਰੇ ਪਾਸੇ ਅਗਰ ਸਰਕਾਰੀ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਚੜਾ ਕੇ ਲਿਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਸਰਕਾਰ ਦੇ ਵੀ ਦੋਹਰੇ ਮਾਪਦੰਡ ਸਾਫ਼ ਨਜ਼ਰ ਆਉਂਦੇ ਨੇ। ਤੋ ਇਸ ਸਭ ਇਸ ਮਸਲੇ 'ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। FIR ਨੰਬਰ 153/20 ਅੰਡਰ ਸੈਕਸ਼ਨ 307 IPC ਥਾਣਾ ਅਜਨਾਲਾ 'ਚ ਦਰਜ ਰਜਿਸਟਰ ਹੋਈ ਸੀ, ਜਿਹਦੇ ਵਿੱਚ ਇੱਕ ਬਿਕਰ ਮਸੀਹ ਮਾਂ ਦਾ ਜਿਹੜਾ ਅਕਿਊਜ਼ ਸੀ ਉਹਨੂੰ ਅਸੀਂ ਅਰੈਸਟ ਕੀਤਾ ਸੀ। ਅਰੈਸਟ ਕਰਨ ਤੋਂ ਬਾਅਦ ਉਹ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਸੀ। ਡਿਊਰਿੰਗ ਰਿਮਾਂਡ ਉਹਦਾ ਅਸੀਂ ਜਿਹੜਾ ਕਰੋਨਾ ਟੈਸਟ ਕਰਵਾਇਆ ਸੀ ਔਰ ਅੱਜ ਜਿਹੜੀ ਉਹਦੀ ਆ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਆ। ਉਹ ਜਿਹੜਾ ਅਲੱਗ ਹਵਾਲਾਤ ਦੇ ਵਿੱਚ ਜਿਹੜਾ ਜੁਡੀਸ਼ਲ ਪੁਲਿਸ ਰਿਮਾਂਡ 'ਤੇ ਪਹਿਲਾਂ ਹੀ ਬੰਦ ਸੀਗਾ, ਉਹਨੂੰ ਅਸੀਂ ਜਿਹੜਾ ਵਾ ਉਹ SMO ਸਾਹਿਬ ਨਾਲ ਗੱਲ ਕੀਤੀ ਹੈ, ਜਿਹੜਾ ਉਹਨੂੰ ਹੋਸਪਿਟਲਾਈਜ਼ ਕਰ ਰਹੇ ਹਾਂ ਔਰ ਥਾਣੇ ਨੂੰ ਜਿਹੜਾ ਸੈਨੇਟਾਈਜ਼ ਕਰ ਰਹੇ ਹਾਂ। ਨਹੀਂ ਇਹਨੂੰ ਅਲੱਗ 'ਚ ਹੀ ਰੱਖਿਆ ਹੋਇਆ ਸੀ ਪਹਿਲਾਂ, ਕਿਉਂਕਿ ਥੋੜ੍ਹੇ ਸਿਮਟਮ ਸੀਗਾ, ਇਹਨੂੰ ਅਸੀਂ ਅਲੱਗ ਹਵਾਲਾਤ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ ਅਤੇ ਬਾਕੀ ਅਸੀਂ ਸਾਰਾ ਜਿਹੜਾ ਥਾਣਾ ਹੈ ਉਹਨਾਂ ਦੁਬਾਰਾ ਅਸੀਂ ਟੈਸਟ ਵੀ ਕਰਵਾ ਰਹੇ ਹਾਂ। ਜਿਹੜੇ ਪੁਲਿਸ ਅਫੀਸ਼ੀਅਲ ਸਾਡੇ ਹੈਗੇ ਨੇ ਉੱਥੇ ਸਾਰੇ ਦੁਬਾਰਾ ਟੈਸਟ ਕਰਵਾ ਰਹੇ ਹਾਂ।